ਸਾਈਕਲ ਤੋਂ ਵਿੰਟੋ ਜੀ ਆਪਾਂ ਗੱਡੀਆਂ ਦੀ ਗੱਲ ਕਰ ਲਗੇ ਡੀਜ਼ਲ ਵਾਲੀਆਂ ਨਹੀਂ ਗੱਡੀਆਂ ਦੀ ਕਹਿੰਦੇ ਕਿ ਹਲੇ ਨਹੀਂ ਬੰਦ ਹੋਣਗੀਆਂ ਹਲੇ ਤਾਂ ਸ਼ੂਕਦੀਆਂ ਜਾਣਗਾਂ ਚੱਲੇਗਾ ਕੰਮ ਹਲੇ ਚੱਲੂ ਆ ਜੀ ਚੰਗੇ ਸ਼ੁਕਰ ਨਹੀਂ ਤਾਂ ਐਵੇਂ ਲੋਕਾਂ ਨੂੰ ਹੋਰ ਨਵੀਂ ਟੈਨਸ਼ਨ ਪੈਣੀ ਸੀ ਕਿ ਯਾਰ ਪਹਿਲਾਂ ਡੀਜ਼ਲ ਵਿੱਚੋਂ ਗੱਡੀਆਂ ਆਹ ਜਿਹੜੀ ਆਈ ਸੀਗਾ ਨਾ ਹੁਣ એનર્ਜੀ ਟਰਾਂਜੀਸ਼ਨ ਟਰਾਂਜੀਸ਼ਨ ਐਡਵਾਈਜ਼ਰੀ ਕਮੇਟੀ ਜੀ એનਰਜੀ એનਰਜੀ ਜੀ ਟਰਾਂਜੀਸ਼ਨ ਐਡਵਾਈਜ਼ਰੀ ਕਮੇਟੀ ਪੈਟਰੋਲੀਅਮ ਮੰਤਰਾਲਾ ਨੇ ਜਿਹੜਾ ਉਹਨੇ ਬਣਾਏ ਸੀਗੇ ਜੀ ਤਾਂ ਉਹਦੇ 'ਚ ਉਹ ਕੀ ਕਹਿ ਰਹੇ ਸੀਗੇ ਜਿਹੜਾ ਉਹਨਾਂ ਨੇ ਮਤਲਬ ਕਿ ਇੱਥੇ ਰੱਖਿਆ ਇਹਨਾਂ ਦੇ ਸਾਹਮਣੇ ਪ੍ਰੋਪੋਜ਼ਲ ਰਿਪੋਰਟ ਸੀਗੀ ਲੋਕਾਂ ਨੂੰ ਇਹ ਲੱਗਿਆ ਕਿ ਸੱਚੀ ਉਹ ਡੀਜ਼ਲ ਗੱਡੀਆਂ ਬੰਦ ਹੋ ਗਈਆਂ ਨੇ ਜੀ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਜੀ ਇਹ ਜਿਹੜੀਆਂ 10 ਲੱਖ ਦੀ ਵੱਸੋਂ ਵਾਲੇ ਸ਼ਹਿਰ ਆ ਉਹਨਾਂ ਦੇ ਵਿੱਚ 2024 ਤੱਕ ਇਹ ਬੰਦ ਕਰ ਦੇਣੀਆਂ ਚਾਹੀਦੀਆਂ ਜੀ ਤਾਂ ਜਿਹੜੀ ਪਬਲਿਕ ਟਰਾਂਸਪੋਰਟੇਸ਼ਨ ਹੈ ਮਤਲਬ ਕਿ ਜਿਵੇਂ ਆਪਣੇ ਚੰਡੀਗੜ੍ਹ ਬੱਸਾਂ ਚੱਲਦੀਆਂ ਨੇ ਦੇਖਿਆ ਜੀ ਉੱਥੇ ਦੀ ਲੋਕਲ ਆਪਣੀ ਬੱਸ ਹੋਰ ਕਈ ਸ਼ਹਿਰਾਂ 'ਚ ਵੀ ਚੱਲਦੀ ਆ ਕਿ ਉਹ ਸਾਰਾ ਕੁਝ ਜਿਹੜਾ ਹੈ ਨਾ ਪਬਲਿਕ ਟਰਾਂਸਪੋਰਟ ਜਿਹੜੀ ਹੈ ਉਹ ਤੁਸੀਂ ਲਾਇਓ ਇਲੈਕਟ੍ਰਿਸਿਟੀ ਕਰ ਦਿਓ ਇਹਨੂੰ ਕਿ ਸਾਰਾ ਕੁਝ ਹੈ ਜਿਹੜਾ ਉਹ ਬਿਜਲਾਈ ਹੋ ਜਾਵੇ ਤਾਂ ਉਹ ਹੁਣ ਇਹਨਾਂ ਨੇ ਕਿਉਂਕਿ ਲੋਕਾਂ 'ਚ ਇੱਕ ਪੈਨਿਕ ਕ੍ਰੀਏਟ ਹੋ ਗਿਆ ਨਾ ਜੀ ਲੋਕਾਂ 'ਚ ਇਹ ਹਾਹਾਕਾਰ ਮੱਚ ਗਈ ਕਿ ਹੁਣ ਇਹ ਤਕਵਾੜ ਹੋ ਜਾਣਗੀ ਆ ਜੀ ਕਾਰਾਂ ਕਿਧਰ ਕ ਲਈਏ ਜੀ ਲੋਕਾਂ ਨੇ ਡੀਜ਼ਲ ਵਾਲੀਆਂ ਲਈਆਂ ਲਈਆਂ ਬਹੁਤ ਸੀਗੀਆਂ ਨਾ ਕਿਉਂਕਿ ਉਦੋਂ ਥੋੜਾ ਡੀਜ਼ਲ ਤੇ ਪੈਟਰੋਲ ਦਾ ਫਰਕ ਹੁੰਦਾ ਹੈਗਾ ਜੀ 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 ਫਿਰ ਜਦੋਂ ਤੇ ਮੋਦੀ ਸਾਹਿਬ ਆਇਆ ਤੇ ਵਿਚਲਾ ਫਰਕ ਵੀ ਮਿਟ ਗਿਆ ਜੀ ਹੁਣ ਤੇ ਤਕਰੀਬਨ ਬਰਾਬਰ-ਬਰਾਬਰ ਜਈ ਆ ਕੰਮਾਂ ਜੀ ਤੇ ਖੈਰ ਹੁਣ ਉਹ ਜਦੋਂ ਲੋਕਾਂ ਦੇ ਵਿੱਚ ਇੱਕ ਵਿਚੈਨੀ ਪੈਦਾ ਹੋ ਗਈ ਜੀ ਕਿ ਇਹਦਾ ਬੜਾ ਜਿਵੇਂ ਨੋਟਬੰਦ ਕੀਤੇ ਸੀਗੇ ਰਾਤੋਂ ਰਾਤ ਇਹਨਾਂ ਨੇ ਇੱਕ ਤੇ ਕਾਰਾਂ ਨੇ ਸਵੇਰੇ ਕਹਿੰਦੇ ਨੇ ਵੀ ਕਾਰ ਬੰਦੀ ਹੈ ਹਾਂਜੀ ਨੋਟਬੰਦੀ ਤੋਂ ਬਾਅਦ ਵੀ ਇਹ ਕਾਰ ਬੰਦੀ ਹੈ ਜੀ ਤੇ ਕਾਰ ਅਸੀਂ ਫਿਰ ਕਿੱਥੇ ਫੂਕਾਂਗੇ ਜੀ ਪਰ ਹੁਣ ਇਹਨਾਂ ਨੇ ਸਾਫ਼ ਕਰ ਦਿੱਤਾ ਕਿ ਹਾਲੇ ਐਸਾ ਕੁਝ ਨਹੀਂ ਹੈ ਜੀ ਇੱਕ ਮਿੰਟ ਮਿੰਟੂ ਜੀ ਮਾਫ਼ ਕਰਨਾ ਬ੍ਰੇਕ ਲਾਇਓ ਸ਼ਰਮਾ ਜੀ ਮਿਹਰਬਾਨੀ ਕਰਕੇ ਇੱਕ ਵਾਰੀ ਕਮੈਂਟ ਕਰਦੇ ਕੋਈ ਗੱਲ ਨਹੀਂ ਇਸ ਖਬਰ ਤੋਂ ਬਾਅਦ ਮੈਂ ਕਮੈਂਟ ਤੁਹਾਡਾ ਲੈ ਲਊਂਗਾ ਕਿਉਂਕਿ ਫਿਰ ਤੁਸੀਂ ਇੰਨੇ ਜ਼ਿਆਦਾ ਕਮੈਂਟ ਕਰਤੇ ਕਿ ਬਾਕੀ ਨੇ ਕਮੈਂਟ ਜਿਹੜੇ ਦੇਖਣ ਨੂੰ ਹਟ ਗਏ ਨੇ ਜੀ ਮਿੰਟੂ ਜੀ ਕੈਰੀ ਆਨ ਕਰੋ ਪਲੀਜ਼ ਤੁਸੀਂ हां जी हां जी जी ਤਾਂ ਗੱਲ ਇਹ ਆ ਕਿ ਉਹਨਾਂ ਨੇ ਸਾਫ਼ ਕੀਤਾ ਕਿ ਐਸਾ ਇਕਦਮ ਨਹੀਂ ਹੋਣ ਜਾ ਰਿਹਾ ਹਾਲਾਂਕਿ ਕੁਝ ਮੁਲਕ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਬੜੀ ਰਫ਼ਤਾਰ ਦੇ ਨਾਲ ਇਹ ਜਿਹੜੀ ਇਲੈਕਟ੍ਰੋਨਿਕ ਵਹੀਕਲ ਨੇ ਉਹ ਅਪਣਾ ਲਏ ਜਿਵੇਂ ਮੈਂ ਨਾਰਵੇ ਬਾਰੇ ਪੜ੍ਹ ਰਿਹਾ ਸੀਗਾ ਪਰਸੋਂ ਉੱਥੇ ਤਾਂ 60 ਫੀਸਦੀ ਕਾਰਾਂ ਹੋ ਗਈਆਂ ਜੀ ਯਾਨੀ 60 ਫੀਸਦੀ ਜੇ ਕਾਰਾਂ ਦੇਖੋਗੇ ਤਾਂ ਮਤਲਬ ਕਿ ਉਹ ਇਲੈਕਟ੍ਰੋਨਿਕ ਬਣ ਗਈਆਂ ਤੇ ਕੋਈ ਨੌਕਰੀਆਂ ਤੇ ਵੀ ਫਰਕ ਨਹੀਂ ਪਿਆ ਕੋਈ ਬਿਜਲੀ ਦੀ ਵੀ ਕੋਈ ਖਾफत ਵਧੀ ਘਟੀ ਨਹੀਂ ਉਥੇ ਕੋਈ ਜ਼ਿਆਦਾ ਫਰਕ ਨਹੀਂ ਪਿਆ ਜੀ ਪਰ ਇੰਡੀਆ ਦੇ ਵਿੱਚ ਇਹ ਅਜਿਹਾ ਇੱਕਦਮ ਨਹੀਂ ਹੋ ਸਕਦਾ ਬੰਸ ਸਾਹਿਬ ਜੀ ਕਿਉਂਕਿ ਇੱਕ ਤਾਂ ਵਹੀਕਲ ਬਹੁਤ ਜ਼ਿਆਦਾ ਨੇ ਜੀ ਬਹੁਤ ਜ਼ਿਆਦਾ ਵਹੀਕਲ ਨੇ ਤੇ ਦੂਸਰਾ ਇਹ ਹੈ ਕਿ ਲੋਕਾਂ ਦੀ ਪਰਚੇਸਿੰਗ ਪਾਵਰ ਵੀ ਹੈ ਨਹੀਂ ਹੈ ਕਿ ਯਕਦਮ ਤੁਸੀਂ ਕਹੋ ਕਿ ਬਈ ਸ਼ਾਲ ਮਾਰੋ ਬਹੁਤ ਵੱਡੀ ਸ਼ਾਲ ਮਾਰੋ ਜੀ ਤੋ ਇਹ ਪਾਲਿਸੀ ਤੁਹਾਨੂੰ ਹੌਲੀ 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 ਲਾਗੂ ਕਰਨੀ ਪਵੇਗੀ ਕਿਉਂਕਿ ਇਹਨਾਂ ਦਾ ਗੋਲ ਹੈ 2070 ਤੱਕ ਵੀ ਨੈਟ ਜ਼ੀਰੋ ਜੀ ਕਾਰਬਨ ਮਤਲਬ ਕਿ ਕਾਰਬਨ ਜਿਹੜੀ ਨਕਾਸੀ ਹੈ ਜਿਹੜੀ ਜੀ ਜੀ ਤੋ ਬਿਲਕੁਲ ਨੈਟ ਜ਼ੀਰੋ ਤੇ ਆ ਜਾਏ ਹਾਂਜੀ ਤੋ ਉਹਦੇ ਵਾਸਤੇ ਇਹਨਾਂ ਨੇ ਸਟੈਪ ਬਾਈ ਸਟੈਪ ਜਾਣਾ ਜਿਵੇਂ ਹੁਣ ਮੰਨ ਲਓ ਪਹਿਲਾਂ ਥਰਮਲ ਹੋ ਗਏ ਗੱਡੀਆਂ ਆਹ ਡੀਜ਼ਲ ਵਾਲੀਆਂ ਪੈਟਰੋਲ ਵਾਲੀਆਂ ਮਤਲਬ ਕਿ ਸਟੈਪ ਬਾਈ ਸਟੈਪ ਅੱਗੇ ਜਾਣਾ ਉਸ ਤੋਂ ਬਾਅਦ ਦੂਸਰੇ ਅਧਿਉਗ ਤਾਂ ਪਰੰਤੂ ਗੱਲ ਇਹ ਆ ਕਿ ਹੁਣ ਪਹਿਲਾਂ ਤੇ ਤੁਹਾਨੂੰ ਕਾਰਾਂ ਜਿਹੜੀਆਂ ਨੇ ਉਹ ਥੋੜੀਆਂ ਆਮ ਬੰਦੇ ਲਈ ਜਿੱਦਾਂ ਮਿਡਲ ਕਲਾਸ ਲਈ ਉਹ ਤੁਹਾਨੂੰ ਲਿਆਉਣੀਆਂ ਪੈਣਗੀਆਂ ਉਸ ਰੇਟ ਤੇ ਹਾਂਜੀ ਬਿਲਕੁਲ ਤੇਰੀ ਗੱਲ ਬਣੇਗੀ ਨਾ ਹੁਣ ਲਿਥੀਅਮ ਵਗੈਰਾ ਤਾਂ ਨਿਕਲ ਆਇਆ ਬਿਲਕੁਲ ਹਲੇ ਉਹ 2-4 ਸਾਲ ਲੱਗਣਗੇ ਫਿਰ ਇੱਥੇ ਕਾਰਾਂ ਦਾ ਇੱਕ ਕੰਪੀਟੀਸ਼ਨ ਵੀ ਹੋਏਗਾ ਜਿਵੇਂ ਲੱਗਦਾ ਹੰਡੂਈ ਵਾਲਿਆਂ ਨੇ ਵੀ ਕਹਿ ਦਿੱਤਾ ਕਿ ਅਸੀਂ 20000 ਕਰੋੜ ਰੁਪਈਆ ਜਿਹੜਾ ਉਹ ਕਰਨ ਜਾ ਰਹੇ ਹਨ ਇਨਵੈਸਟ ਹਾਂਜੀ ਜਦੋਂ ਆਮ ਬੰਦਾ ਫੂਡ ਕਰ ਲਿਆ ਫਿਰ ਥੋੜਾ ਆਸਾਨੀ ਨਾਲ ਉਹਦਾ ਬਦਲ ਜਾਂਦਾ ਹੈ ਇਹ ਤਾਂ ਇੱਕਦਮ ਇਹ ਤਾਂ ਜਿਹੜੀ 2024 ਵਾਲੀ ਬਾਲੀ ਕਾਲੀ ਹੈ ਇਹ ਤਾਂ ਹਾਂਜੀ ਬਹੁਤ ਕਾਲੀ ਹੈ ਕਿ ਇਹਦੇ ਵਿੱਚ ਫਿਰ ਲੋਕਾਂ 'ਚ ਬੜੀ ਜ਼ਿਆਦਾ ਕਹਿ ਲਓ ਜੀ ਬੇਚੈਨੀ ਹੋ ਜਾਏਗੀ ਜੀ ਬਿਲਕੁਲ ਮਿੰਟੂ ਜੀ ਤੇ ਇਧਰੋਂ ਜਰਾ ਮੈਂ ਕੁਝ ਕਮੈਂਟ ਵੀ ਇਸ ਨਾਲ ਜੁੜਿਆ ਹੋਇਆ ਕੋਈ ਕਮੈਂਟ ਨਹੀਂ ਹੈ ਜੀ ਗੁਰਪ੍ਰੀਤ ਜੀ ਮਲੋਟ ਮੁਕਸਰ ਰੋਡ ਦੀ ਵੀ ਕੋਈ ਅਪਡੇਟ ਦੋ ਵੀਰ ਜੀ ਫਿਲਹਾਲ ਤਾਂ ਯਾਰ ਵੀਰ ਹਾਲੇ ਤੱਕ ਕੋਈ ਆਈ ਨਹੀਂ ਅਪਡੇਟ ਮੇਰੇ ਕਹਿ ਲਾ ਤਾਂ ਅਪਡੇਟ ਬੀਬੀ ਬਲਜੀਤ ਕੌਰ ਦੇ ਦਿੰਦੇ ਹੁੰਦੇ ਹਫ਼ਤੇ ਤੋਂ ਬਾਅਦ ਕਿ ਮਲੋਟ ਵਾਸੀਆਂ ਲਈ ਖੁਸ਼ ਖਬਰੀ ਇਲਾਕਾ ਵਾਸੀਆਂ ਲਈ ਖੁਸ਼ ਖਬਰੀ ਇਹ ਸੜਕ ਬਣਨੇ ਜਾ ਰਹੀ ਹੈ ਉਹ ਕੋਈ ਪੋਸਟ ਕੱਟ ਲਿਆ ਸੀਗੇ ਹੁਣ ਮੰਤਰੀ ਸਹਿਬਾ ਦੀ ਕਹਿੰਦੇ ਕਿ ਉਹ ਅਪ੍ਰੈਲ ਵਾਲੀ ਪਿਛਲੇ ਸਾਲ ਬਾਈ ਵਾਲੀ ਉਹ ਕਹਿੰਦੇ ਕਿ ਮੋਹਿਨਾ ਕਰਦੇ ਵੇਸੀ ਹੈ ਬਾਈ ਕਿੱਥੇ ਕਿ ਮੋਹਿਨਾ ਤੁਹਾਡਾ ਉਹੀ ਹੈ ਨਾ ਕਿ ਹਫ਼ਤੇ ਬਾਅਦ ਮਹੀਨੇ ਬਾਅਦ ਉਹਨਾਂ ਦੀ ਇੱਕ ਪੋਸਟ ਆ ਜਾਂਦੀ ਹੈ ਹਾਂਜੀ ਤੇ ਪ੍ਰਣਾਲਾ ਉੱਥੇ ਦਾ ਉੱਥੇ ਆ। ਬੜਾ ਹੀ ਬੁਰਾ ਹਾਲ ਆ। ਬੜਾ ਬੁਰਾ ਆਲੇ ਉਸ ਸੜਕ ਤੇ ਤਾਂ ਜਿਹੜਾ ਬੰਦਾ ਮਤਲਬ ਕਿ ਹੱਡੀਆਂ ਕਮਜ਼ੋਰ ਆ ਉਹ ਤੇ ਪੈਂਦਾ ਹੀ ਨਹੀਂ ਉਸ ਸੜਕ 'ਤੇ ਅਗਲਾ ਕਹਿੰਦਾ ਦਫਾ ਕਰ ਮੈਂ ਉਤੋਂ ਦੀ ਵਲ ਕੇ ਆ ਜੂ ਆਇਆ ਬਠੰਡਾ। ਹਾਂਜੀ ਹਾਂਜੀ। ਹੱਡੀ ਤੜਵਾਉਣੀ ਥੋੜੀ ਆ। ਜੀ 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 ਜੀ। ਤੇ ਜਿਹੜੇ ਉਧਰ ਦੇ ਪਿੰਡਾਂ ਵਾਲੇ ਆ ਜਿੰਨਾਂ ਕੋਲ ਕੋਈ ਹੋਣ ਬਦਲਮਾ ਰੂਟ ਹੈ ਨਹੀਂਗਾ। ਪੁੱਛ ਕੇ ਵੇਖੋ ਬੁਰੀ ਹਾਲਤ ਆ। ਜੀ ਜੀ। ਜਿਹੜੇ ਰੋਜ਼ ਅਪ ਡਾਊਨ ਕਰਦੇ ਆ ਉਹ ਤੇ ਸਗੋਂ ਕਸੂਤੇ ਫਸੇ ਆ। ਜੀ। ਬਹੁਤ ਮੰਦਾ ਆ ਰਿਹਾ ਉਸ ਸੜਕ ਦਾ ਉਹ ਸੜਕ ਮੈਨੂੰ ਲੱਗਦਾ ਤੀਜੀ ਕਿ ਚੌਥੀ ਸਰਕਾਰ ਆ ਉਹ ਸੜਕ ਨਹੀਂ ਬਣੀ ਆਲੀ ਉਹ ਮੈਨੂੰ ਲੱਗਦਾ ਭਾਂਡੀ ਵੀ ਨਹੀਂ ਜਿਹੜੇ ਸਾਬ ਨਾਲ ਕੰਮ ਕੋਈ ਪੱਕੇ ਕੋਕ ਜੜੇ ਲੱਗਦੇ ਉਹ ਚ ਤਾਂ ਪਤਾ ਨਹੀਂ ਕਿਹੜੇ ਕਿੱਲੇ ਕਿ ਨਹੀਂ ਹੈ ਸਮਝ ਨਹੀਂ ਆਉਂਦੀ ਇੱਕ ਸੜਕ ਹੀ ਨਹੀਂ ਬਣ ਰਹੀ ਹਾਂਜੀ ਵਿਕਾਸ ਹੋ ਗਿਆ ਵਿਕਾਸ ਹੋ ਗਿਆ ਜੀ ਇਹ ਕਾਹਦਾ ਮੈਨੂੰ ਸਮਝ ਨਹੀਂ ਆਉਂਦੀ ਕਿ ਵਿਕਾਸ ਜਿਹੜਾ ਇਹ ਮੁਕਸਰ ਵਾਲੇ ਵਾਲੀ ਕਿਉਂ ਨਹੀਂ ਹੋ ਰਿਹਾ ਪਰਾਂ ਵੀ ਅੱਛੀਆਂ ਸੜਕਾਂ ਹਨ ਵੀ ਅੱਛੀਆਂ ਸੜਕਾਂ ਵਿੱਚ ਬਚਾ ਲਈ ਮੁਕਸਰ ਵਾਲੀ ਜਿਹੀ ਹੁਣ ਤਾਂ ਕਿ ਉਦਾਹਰਨ ਹੀ ਦੇਣ ਲੱਗੇ ਕਿ ਭਾਈ ਤੁਹਾਡੇ ਨਾਲ ਦੀ ਸਾਡੇ ਵਾਲੇ ਪਾਸੇ ਵੀ ਹੈਗੀ ਹੈ ਸੜਕ ਸਹੀ ਜੀ ਜੀ ਬਿਲਕੁਲ ਜੀ ਤੇ ਇਧਰੋਂ ਜਰਾ ਇੱਕ ਵੀਰ ਕਹਿ ਰਿਹਾ ਸੀ ਤੇ ਇਧਰ ਜੱਗਾ ਚੌਧਰੀ ਵੀ ਕਹਿ ਰਿਹਾ ਕਿ ਇਹਨੇ ਕਿ ਸੁਖਪਾਲ ਸਿੰਘ ਖੇਰਾ ਨੂੰ ਜੀ ਕਹਿੰਦੇ ਕਿ ਰਾਹਤ ਮਿਲ ਗਈ ਹੈ ਕਹਿੰਦੇ ਕਿ ਸ਼ਾਇਦ ਤੇ ਨਾਲ ਕਹਿੰਦੇ ਕਿ ਦੂਜੇ ਦੀ ਵੀ ਤੈਰੀ ਚੱਲੀ ਜਾਂਦੀ ਹੈ ਪਰਚੇ ਦੀ ਮੇਰੇ ਖਿਆਲ ਨਾਲ ਉਹਨਾਂ ਨੂੰ ਜਿਹੜਾ ਪੁਰਾਣਾ ਮਾਮਲਾ ਸ਼ਾਇਦ ਉਹਦੇ ਵਿੱਚ ਰਾਹਤ ਮਿਲੀ ਹੈਗੀ 353 ਵਾਲਾ ਅੱਛਾ ਜੀ ਕਿਉਂਕਿ ਦੂਜੇ ਤਾਂ ਜਿਹੜੇ ਮਤਲਬ ਕਿ ਸਾਰੇ ਦੇ ਸਿਗੇ ਮਾਮਲੇ ਉਹ ਤਾਂ ਕੋਈ ਵੱਡਾ ਨਹੀਂ ਸੀਗਾ ਉਹ ਤਾਂ ਜ਼ਮਾਨਤ ਦੇ ਕਾਬਿਲ ਸੀਗੇ ਜੀ ਇਹ ਜਿਹੜਾ 353 ਵਾਲਾ ਸੀ ਨਾ ਕਾਬਲੇ ਜ਼ਮਾਨਤ ਸੀਗਾ ਜੀ ਤੇ ਫਿਰ ਉਹਨਾਂ ਨੇ ਪਹੁੰਚ ਕੀਤੀ ਹੋਣੀ ਹੁਣ ਹਾਈ ਕੋਰਟ ਕੀਤੀ ਹੈ ਕਿ ਉਹ ਤੇ ਸੈਸ਼ਨ ਕੋਰਟ ਕੀਤੀ ਹੈ ਮੈਨੂੰ ਇਸ ਗੱਲ ਦਾ ਇਲਮ ਨਹੀਂ ਹੈ ਤਾਂ ਸੈਸ਼ਨ ਕੋਰਟ ਤੋਂ ਹੀ ਸ਼ਾਇਦ ਉਹਨਾਂ ਨੂੰ ਰਾਹਤ ਮਿਲ ਗਈ ਹੋਵੇਗੀ ਨਹੀਂ ਤਾਂ ਹੋ ਸਕਦਾ ਹਾਈ ਕੋਰਟ ਤੋਂ ਲੈ ਕੇ ਆਏ ਹੋਣ ਕਿ ਤੇ ਤਾਂ ਹੀ ਮੈਨੂੰ ਤਾਂ ਇੱਕ ਬੰਦੇ ਨੇ ਇੱਥੋਂ ਤੱਕ ਦੱਸਿਆ ਸੀਗਾ ਕਿ ਸੁਪਾਲ ਸਿੰਘ ਖਹਿਰਾ ਆਸੇ-ਪਾਸੇ ਵੀ ਹੋ ਗਿਆ ਸੀਗੇ 2-4 ਦਿਨ। ਹਾਂਜੀ। ਉਹਨਾਂ ਨੇ ਫੋਨ ਵੀ ਸ਼ਾਇਦ ਕਹਿੰਨੇ ਕਿ ਬੰਦ ਸੀਗਾ। ਚਲੋ ਉਹ ਤਾਂ ਮੈਨੂੰ ਪਤਾ ਨਹੀਂ ਹੈ। ਪਰ ਉਹ ਕਿਹਾ ਗਿਆ ਕਿ ਸੁਪਾਲ ਸਿੰਘ ਖਹਿਰਾ ਜਮੇ ਆ ਪਗਦ ਨੇ ਫਲਾਣਾ ਮੜਾ ਮੜਾ ਪਾਸੇ ਹੋ ਜਾ ਪੁਲਿਸ ਆਉਣੀ ਆ। ਹਾਂਜੀ ਟਲ ਜਾ ਭਾਈ ਇੱਕ ਵਾਰ। ਟਲ ਜਾ। ਤਾਂ ਉਹ ਮਤਲਬ ਕਿ 2-4 ਦਿਨ ਉਹਨਾਂ ਨੇ ਆਪਦਾ ਟਾਲਾ ਵੀ ਰੱਖਿਆ। ਜੀ। ਹੁਣ ਹੋ ਸਕਦਾ ਜੀ ਦੇਖੋ ਇੱਕ ਚੋਂ ਰਾਹਤ ਮਿਲ ਗਈ ਆ ਦੂਜੇ ਚ ਪਰ ਇਸ ਤਰ੍ਹਾਂ ਹੁੰਦਾ ਹੈ ਕਿ ਫਿਰ ਜ਼ਿਆਦਾ دیر ਨਹੀਂ ਚੱਲਦਾ। ਕਿਉਂਕਿ ਇੱਕ ਥਾਂ ਤੋਂ ਕੋਰਟ ਨੇ ਤੁਹਾਨੂੰ ਸਮਾਨਤਾ ਦਿੱਤੀ ਆ। ਦੂਜੇ ਚੋ ਵੀ ਜਵਾਨਤ ਮਿਲ ਗਈ ਤੇ ਤੀਜੇ ਦਾ ਫਿਰ ਇਮਕਾਨ ਨਹੀਂ ਹੁੰਦਾ ਕਿਉਂਕਿ ਫਿਰ ਹਾਈ ਕੋਰਟ ਹੀ ਤੁਹਾਨੂੰ ਤਾਲਬ ਕਰੇਗੀ ਕਿ ਇੱਕ ਬੰਦੇ ਦੇ ਮਗਰ ਹੱਥ ਧੋਕੇ ਪੈ ਕੇ ਤੁਹਾਨੂੰ ਹਾਂ ਜੀ ਇਹ ਕੀ ਖੇਡ ਬਣਾਈਏ ਤੁਸੀਂ ਸੋ ਇਹ ਹੀ ਹੁੰਦਾ ਕਿ ਲੀਡਰਾਂ ਦੇ ਕੋਲ ਫਿਰ ਤੁਹਾਨੂੰ ਪਤਾ ਹੀ ਹੈ ਹਾਈ ਕੋਰਟ ਸੁਪਰੀਮ ਕੋਰਟ ਇਹੀ ਰਸਤਾ ਹੁੰਦਾ ਹੈ ਜੀ ਜੀ ਤਾਂ ਗੱਲ ਇਹ ਆ ਕਿ ਮੈਂ ਬਾਰ ਬਾਰ ਕਹਿੰਦਾ ਕਿ ਆਪੋਜੀਸ਼ਨ ਦਾ ਮਤਲਬ ਇਹ ਨਹੀਂ ਹੈਗਾ ਜਾਂ ਸੁਖਪਾਲ ਸਿੰਘ ਖਹਿਰਾ ਦਾ ਮਤਲਬ ਇਹ ਨਹੀਂ ਹੈਗਾ ਕਿ ਕੋਈ ਵਿਅਕਤੀ ਜਾਂ ਕੋਈ ਵੀ ਸੰਸਥਾ ਜਾਂ ਕੋਈ ਪਾਰਟੀ ਕਿਸੇ ਕਾਇਦੇ ਕਾਨੂੰਨ ਤੋਤੇ ਆ ਜੀ ਪਰ ਉਹੀ ਚੀਜ਼ਾਂ ਆਪਣੇ ਤੇ ਵੀ ਲਾਗੂ ਕਰਕੇ ਰੱਖੋ ਤੇ ਦੂਜੀ ਗੱਲ ਇਹ ਆ ਕਿ ਜੋ ਜਾਇਜ਼ ਆ ਤਾਂ ਜਾਇਜ਼ ਆ ਨਜਾਇਜ਼ ਨਾ ਕਰੋ ਕਿਸੇ ਨਾਲ ਹਾਂਜੀ ਬਿਲਕੁਲ ਬਿਲਕੁਲ ਜੀ ਤੇ ਇਧਰੋਂ ਮਿੰਟੂ ਜੀ ਕਿ ਇੱਕ ਵੀਰ ਉੱਪਰ ਕਹਿ ਰਹੇ ਸੀ ਕਿ ਮਨੀਪੁਰ ਬਾਰੇ ਜਰੂਰ ਦੱਸਿਓ ਜੀ ਕਿ ਨੇ ਕਿ ਕਿਸ ਤਰ੍ਹਾਂ ਦੇ ਹਾਲਾਤ ਆ ਦੋ ਕੁ ਮਿੰਟ ਕਹਿੰਨੇ ਕੀ ਜੀ ਉੱਥੇ 4-5 ਦਿਨ ਤਾਂ ਠੀਕ ਰਿਹਾ ਕੰਮ ਪਰ ਹੁਣ ਫੇਰ ਕੱਲ ਦੱਸਦੇ ਕਿ ਹਿੰਸਾ ਹੋਈ ਆ ਉੱਥੇ ਜੀ ਉਹ ਮਾਮਲਾ ਅੱਗੇ ਵੀ ਆਪਾਂ ਵਿਚਾਰਿਆ ਸੀਗਾ ਕਿ ਅਸਲ ਦੇ ਵਿੱਚ ਥੋੜਾ ਜਿਹਾ ਤੁਹਾਨੂੰ ਦੱਸ ਦੇਣਾ ਡੈਪਟ ਚ ਜਾ ਕੇ ਦੱਸ ਦੇਣਾ ਡੁੰਗਾਈ ਚ ਜੀ ਕਿ ਨਾਰਥ ਈਸਟ ਦੇ ਵਿੱਚ ਤੁਸੀਂ ਦੇਖਿਆ ਹੋਣਾ ਈਸਾਈ ਨੇ ਹਾਂਜੀ ਉਹ ਈਸਾਈ ਕੋਈ ਇਹ ਨਹੀਂ ਹੈਗਾ ਕਿ ਉਹ ਅਮਰੀਕਾ ਚ ਆ ਕੇ ਵਸੇ ਨੇ ਇੱਥੇ ਜੀ ਉਹ ਉਹੀ ਹੈ ਜੋ ਆਪਾਂ ਜਿਵੇਂ ਹੁਣ ਮੰਨ ਲਓ ਕਨਵਰਜਨ ਹੋਈ ਆ ਜੀ ਕੋਈ ਇਧਰੋਂ ਨਿਕਲ ਕੇ ਉਧਰ ਚਲੇ ਗਿਆ ਕੋਈ ਉਧਰੋਂ ਚਲੇ ਗਿਆ ਗੋਰੇ ਜਦੋਂ ਆਏ ਨੇ ਤਾਂ ਉੱਥੇ ਕਨਵਰਜਨ ਬਹੁਤ ਹੋਈ ਆ ਜਿੱਦਾਂ ਤੁਸੀਂ ਇਹ ਹਿਸਾਬ ਲਾ ਲਓ ਕਿ ਮਨੀਪੁਰ ਦੇ ਵਿੱਚ ਮੈਂ ਤੁਹਾਨੂੰ ਇੱਕ ਦੱਸ ਦੇਣਾ ਡੈਮੋਗ੍ਰਾਫੀ ਦੇ ਹਿਸਾਬ ਨਾਲ 1901 ਦੀ ਜਿਹੜੀ ਮਰਦਮਸ਼ੁਮਾਰੀ ਸੀ ਉਦੋਂ ਉਹਨਾਂ ਦੀ ਤਦਾਦ ਮਸੀਂ ਕੁ 6 7 ਆ 8 ਦੇ ਕਰੀਬ ਆ ਜੀ ਤੇ ਹਿਸਾਬ ਲਾ ਲੋ 91 ਤੱਕ ਉਹ 34% ਤੱਕ ਚੱਲ ਗਏ ਸਨ ਜੀ ਮਤਲਬ ਕਿ ਉਸ ਤੋਂ ਬਾਅਦ ਕਿੰਨੀ ਤੇਜ਼ੀ ਦੇ ਨਾਲ ਜੀ ਵਸੋਂ ਵਧੀ ਆ ਹੁਣ ਰੌਲਾ ਕੀ ਹੈ ਕਿ ਜਿਹੜੇ ਇਹ ਨੇ ਮਤਲਬ ਕਿ ਟ్రਾਈਬਸ ਦੇ ਵਿੱਚ ਨੇ ਜਿਹੜੇ ਜੀ ਇੱਕ ਪਾਸੇ ਇੱਕ ਪਾਸੇ ਦਾ ਤੜਾ ਜਿਹੜਾ ਇਹ ਜਿਆਦਾ ਨੇ 크ਿਸਚਨ ਜੀ ਜਿਹੜਾ ਮੈਤਈ ਸੁਣਿਆ ਹੁਣ ਤੁਸੀਂ ਖਬਰਾਂ ਚ ਮੈਤਈ ਭਾਈਚਾਰਾ ਜਿਹੜਾ ਜਿਨ੍ਹਾਂ ਦੀ ਵੱਸੋਂ ਉੱਥੇ 50 ਤੋਂ ਉੱਤੇ ਆ 50 ਫੀਸਦੀ ਤੋਤੇ ਆ ਜੀ ਤੇ ਉਹ ਮਤਲਬ ਹੈਗੇ ਨੇ ਜਿਆਦਾ ਹਿੰਦੂ ਜੀ ਤਾਂ ਫਿਰ ਹਿੰਦੂ ਵਾਲਾ ਮਸਲਾ ਤੇ 크ਿਸਚਨ ਜਾਂ ਮੁਸਲਮਾਨ ਵਾਲਾ ਮਸਲਾ ਜਿੱਥੇ ਭਾਜਪਾ ਉਥੇ ਬਣੇ ਗਏ ਬਣੇਗਾ ਜੀ ਬੇਸਿਕਲੀ ਇਹ ਚੀਜ਼ ਆ ਹੁਣ ਉਹਦੇ ਚ ਕੀ ਰੌਲਾ ਹੈ ਕਿ ਉੱਥੇ ਨਾ ਦੋ ਤਰ੍ਹਾਂ ਦੇ ਇਲਾਕੇ ਆ ਜੀ ਇੱਕ ਹੈਗਾ ਹਿੱਲ ਇੱਕ ਹੈਗਾ ਵੈਲੀ ਕਿ ਜਿਹੜਾ ਇਮਫਾਲ ਵਾਲਾ ਏਰੀਆ ਆ ਜਾਂਦਾ ਹੈ ਤੇ ਜਿਹੜੇ ਜਿਹੜੇ ਹੈਗੇ ਨੇ ਮੈਤਾਈ ਜੀ ਉਹਨਾਂ ਦੇ ਕੋਲ ਮੈਂ ਕਈ ਗੱਲਾਂ ਬਾਅਦ ਚ ਸਮਝੀਆਂ ਕਿਉਂਕਿ ਜਦੋਂ ਟਾਈਮ ਮਿਲੇ ਫਿਰ ਸਮਝਣੀਆਂ ਚਾਹੀਦੀਆਂ ਕਿ ਸਾਰੇ ਕਨਫਲਿਕਟ ਦੀ ਜੜ ਕੀ ਆ ਜੀ ਤਾਂ ਉਹ ਮੈਂ ਸਮਝੀ ਬਾਅਦ ਦੇ ਵਿੱਚ ਕਿ ਯਾਰ ਚੱਕਰ ਕੀ ਹੈ ਇਹਨਾਂ ਦਾ ਆਪਸ ਵਿੱਚ ਏਡਾ ਕਿਹੜਾ ਕਲੇਸ਼ ਹੈ ਤਾਂ ਉਹ ਚੀਜ਼ ਉੱਥੋਂ ਸ਼ੁਰੂ ਹੁੰਦੀ ਹੈ ਜਿਹੜੇ ਮੈਤਾਈ ਨੇ ਉਹਨਾਂ ਤੇ ਇੱਕ ਰੈਸਟ੍ਰਿਕਸ਼ਨ ਹੈ ਕਿ ਉਹ ਜਿਹੜਾ ਉਹ 10% ਵਾਲਾ ਏਰੀਆ ਹੈ ਜਿਹੜਾ ਮਤਲਬ ਕਿ ਉਹ ਵੈਲੀ ਵਾਲਾ ਸ਼ਾਇਦ ਜੀ ਕਿ ਉਹ ਉਤੋਂ ਅੱਗੇ ਨਿਕਲ ਕੇ ਆਪਣੀ ਕਿਸੇ ਹੋਰ ਥਾਂ ਤੇ ਸੈਟਲਮੈਂਟ ਨਹੀਂ ਕਰ ਸਕਦੇ ਜੀ ਜਦ ਕਿ ਜਿਹੜਾ ਦੂਸਰਾ ਜਿਨ੍ਹਾਂ ਦੇ ਕੋਲ ਏਰੀਆ ਬਹੁਤ ਹੈ ਬਸ ਉਹ ਘੱਟ ਹੈ ਉਹਨਾਂ ਦੇ ਕੋਲ ਖੁੱਲਿਆ ਉਹ ਆ ਕੇ ਜਿੱਥੇ ਮਰਜ਼ੀ ਆਪਣੀ ਸੈਟਲਮੈਂਟ ਕਰ ਸਕਦੇ ਆ ਇੱਕ ਤਾਂ ਇਹਨਾਂ ਦਾ ਆਪਸ 'ਚ ਇਹ ਵਿਵਾਦ ਹੈ ਫਿਰ ਦੂਜੀ ਗੱਲ ਆ ਕਿ ਮੈਤਾਈ ਜਿਹੜਾ ਭਾਈਚਾਰਾ ਉਹਨਾਂ ਕੋਲ ਪੋਲੀਟੀਕਲ ਪਾਵਰ ਬਹੁਤ ਹੈ ਜੀ ਤਾਂ ਇੱਕ ਤਾਂ ਇਹ ਆ ਫਿਰ ਇਨਕ੍ਰੋਚ ਇਨਕ੍ਰੋਚਮੈਂਟ ਦੇ ਨਾਮ ਤੇ ਇਹ ਕਹਿੰਦੇ ਟ੍ਰਾਈਬਸ ਕਹਿੰਦੇ ਕਿ ਜਿੱਥੇ ਅਸੀਂ ਦਹਾਕਿਆਂ ਤੋਂ ਸਦੀਆਂ ਤੋਂ ਰਹਿ ਰਹੇ ਆ ਤਾਂ ਭਾਈ ਮਤਲਬ ਕਿ ਸਾਨੂੰ ਉਥੋਂ ਖੰਡਾਇਆ ਜਾ ਰਿਹਾ ਹੈ ਇਹ ਸਭ ਕੁਝ ਮਤਲਬ ਕਿ ਸੱਤਾ ਤਾਰੀ ਕਰ ਰਹੇ ਨੇ ਇੱਕ ਜਿੱਦਾਂ ਕਹ ਲੋ ਕਿ ਇੱਕ ਦੁਰਪਾਵਨਾ ਦੇ ਤਹਿਤ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਧਰਮਾਂ ਦਾ ਜਿਹੜਾ ਆਪਸ ਵਿੱਚ ਚੱਲਦਾ ਹੈ ਜੀ ਤਾਂ ਇਹ ਕੁਝ ਚੀਜ਼ਾਂ ਨੇ ਬੁਨਿਆਦੀ ਜਿੱਦਾਂ ਤਾਂ ਉਹਦੇ ਵਿੱਚ ਫਿਰ ਗਾਂ ਜਿੱਦਾਂ ਕਹਿ ਲੋ ਕਿ ਇਹ ਜਿਹੜੇ ਰੌਲੇ ਚੱਲਦੇ ਆ ਰਹੇ ਸੀਗੇ ਜੀ ਕਬਜ਼ਿਆਂ ਵਾਲਾ ਵੀ ਹੋ ਗਿਆ politcal power ਕਿਦੇ ਕੋਲ ਜਾਦੀ ਆ ਜਾਂ ਉਹ ਧਰਮ ਵਾਲਾ ਮੁੱਦਾ ਬਣ ਗਿਆ ਤਾਂ ਉਹਦੇ 'ਚ ਹੁਣ ਅੱਗੇ 'ਚ ਤੇਲ ਵਾਲੀ ਗੱਲ ਜਿਹੜੀ ਹੋਈ ਉਹ ਹਾਈ ਕੋਰਟ ਨੇ ਇੱਕ ਫੈਸਲਾ ਦੇ ਦਿੱਤਾ ਕਿ ਜਿਹੜੇ ਮਹਿਤਾਈ ਨੇ ਇਹਨਾਂ ਨੂੰ ਵੀ ਤੁਸੀਂ ਸ਼ੈਡਿਊਲ ਟ్రਾਈਬਸ ਦਾ ਦਰਜਾ ਦੇ ਸਕਦੇ ਹੋ ਤਾਂ ਇਥੋਂ ਫਿਰ ਦੂਸਰੇ ਜਿਹੜੇ ਸੀਗੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜ਼ਿਆਦਾਤਰ ਕ੍ਰਿਸਚੀਅਨ ਨੇ ਜਿਹੜੇ ਤਾਂ ਉਹਨਾਂ ਨੇ ਵਿਖਾਵੇ ਕਰਨੇ ਸ਼ੁਰੂ ਕਰ ਦਿੱਤੇ ਤੇ ਉੱਥੋਂ ਹਿੰਸਾ ਫਿਰ ਵੱਧਦੀ ਵੱਧਦੀ ਵੱਧ ਗਈ ਆ ਉੱਥੇ ਕਨਫਲਿਕਟ ਦੀ ਝਾੜ ਆ ਜਿੰਨੀ ਕੋ ਮੈਨੂੰ ਸਮਝ ਆਈ ਆ ਕਿਉਂਕਿ ਬੁਨਿਆਦੀ ਤੌਰ ਤੇ ਸਾਨੂੰ ਇਹ ਹੀ ਦੱਸਿਆ ਗਿਆ ਕਿ ਉੱਥੇ ਜੀ ਮਤਲਬ ਕਿ ਹਾਈ ਕੋਰਟ ਨੇ ਕਿਹਾ ਕਿ ਇਹਨਾਂ ਨੂੰ ਦਰਜਾ ਦਿੱਤਾ ਜਾ ਸਕਦਾ ਹੈ ਤਾਂ ਉੱਥੋਂ ਹੀ ਵਿਰੋਧ ਸ਼ੁਰੂ ਹੋ ਗਿਆ ਪਰ ਇਹਨਾਂ ਦੀ ਆਪਸ ਦੇ ਵਿੱਚ ਟਸਲ ਜਿਹੜੀ ਹੈ ਨਾ ਉਹ ਖਾਸੇ ਲੰਮੇਰੇ ਸਮੇਂ ਤੋਂ ਚੱਲਦੀ ਆ ਰਹੀ ਹੈ ਤੇ ਕੁਝ ਹੋਰ ਪੱਖਾਂ ਤੋਂ ਵੀ ਆ ਗਈ ਹੈ ਜੀ 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 ਬਿਲਕੁਲ ਬਿਲਕੁਲ ਜੀ ਤੇ ਇਧਰੋਂ ਜਰਾ ਆਪਣਾ ਵੀਰ ਪ੍ਰਤਾਪ ਜੀ ਕਰੇ ਸੀਗੇ ਹਰਿਆਣਾ ਦੇ ਵਿੱਚ ਜੋ ਮਸਲਾ ਆਨਲਾਈਨ ਫਰਾਡ ਵਾਲਾ ਵੀਰੇ ਦੇ ਉੱਤੇ ਦੁਬਾਰਾ ਵੀ ਕਹਿੰਦੇ ਕਿ ਤੁਸੀਂ ਇਹਦੇ ਉੱਤੇ ਗੱਲ ਕੀਤੀ ਸੀ ਕੱਲ ਦੁਬਾਰਾ ਫਿਰ ਇਹਦੇ ਉੱਤੇ ਗੱਲਬਾਤ ਕਰਾਂਗੇ ਤਫ਼ਸੀਲ ਦੇ ਵਿੱਚ ਤੁਸੀਂ ਕੱਲ ਦਾ ਪ੍ਰੋਗਰਾਮ ਜ਼ਰੂਰ ਸੁਣਿਓ ਤਾਂ ਯਾ ਕੱਲ ਯਾ ਕੁਝ ਦਿਨਾਂ ਦੇ ਵਿੱਚ ਅਸੀਂ ਕਰਾਂਗੇ ਰੋ ਉੱਤੇ ਗੱਲਬਾਤ ਦੁਬਾਰਾ ਤੇ ਇੱਕ ਮਿੰਟੋ ਜੀ ਇਧਰੋਂ ਆ ਰਿਹਾ ਸੀ ਸਵਾਲ ਕਿ ਆਨਲਾਈਨ ਆਨਲਾਈਨ ਹੀ ਮਾਫ ਕਰਨਾ ਹੈ ਮੀਟਰਾਂ ਨੂੰ ਲੈ ਕੇ ਜੀ ਕਹਿੰਦੇ ਕਿ ਸਵਾਲਾ ਚਰਨਜੀਤ ਸ਼ੈਲੀ ਦਾ ਇਹ ਕਹਿੰਦੇ ਕਿ ਜੀ ਜਰਾ ਇਹ ਸਾਫ਼ ਕਰਿਓ ਕਿ ਸੈਂਟਰ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਪੰਜਾਬ ਦੇ ਵਿੱਚ ਪਲਾਈ ਮੀਟਰ ਜਿਹੜੇ ਲਾਓ ਗ੍ਰਾਂਟ ਵੀ ਜਾਰੀ ਕੀਤੀ ਹੈ ਜੀ ਕਹਿੰਦੇ ਉਹਦੇ ਲਈ ਤੇ ਘਰਾਂ ਦੇ ਸਿੰਗਲ ਫੇਸ ਮੀਟਰ ਦੇ ਲਈ 6000 ਰੁਪਏ ਤੇ ਦੂਜੇ ਦੇ ਲਈ ਜਿਹੜਾ ਉਹ ਹੈਗਾ ਉਹਦੇ ਲਈ 10000 ਰੁਪਏ ਜੀ ਪਿੰਡਾਂ 'ਚ ਥੱਲੇ ਨਹੀਂ ਲੱਗ ਹੀ ਨਹੀਂ ਰਹੇ ਨੇ ਜਿੱਥੇ ਉਹ ਜਾਂਦੇ ਨੇ ਲਾਉਣ ਕਿਉਂ ਮਗਰ ਪੈ ਜਾਂਦੇ ਕਿਸਾਨੀ ਉਹਨੇ ਨਾਲੇ ਭਜਾ ਦਿੰਦੇ ਨੇ ਹਾਂ ਇੱਕ ਦੋ ਥਾਂ ਤੇ ਵੀਡੀਓ ਮਿਲ ਰਹਾ ਹੈ ਉਹ ਨਿਕਲ ਰਹੇ ਨੇ ਇਹਨਾਂ ਨੇ ਦੇਖੋ ਸ਼ਹਿਰਾਂ ਸ਼ੁਰੂਆਂ ਚ ਲਾ ਕੇ ਉਹ ਜਿਹੜਾ ਪਹਿਲਾਂ ਕੋਟਾ ਸੀਗਾ ਮਈ ਤੱਕ ਸ਼ਾਇਦ ਪਿਛਲੇ ਸਾਲ ਦਾ ਹਾਂਜੀ ਉਹ ਇਹਨਾਂ ਨੇ ਮੁਕੰਮਲ ਕਰ ਲਿਆ ਸੀਗਾ ਇਹ ਇਹ ਤੇ ਜਿਹੜੇ ਮਹਿਕਮਿਆਂ ਚ ਨਹੀਂ ਲਾ ਸਕੇ ਮਹਿਕਮਿਆਂ ਦੇ ਦਫ਼ਤਰਾਂ ਨੇ ਨਹੀਂ ਲਵਾਏ ਉਹ ਕਹਿੰਦੇ ਅੱਗ ਲੱਗਨੇ ਹੋ ਪੈਸੇ ਤੁਸੀਂ ਪਿੱਛੇ ਦੇਵੋ ਨਾ ਜੀ ਤੇ ਬਾਈ ਉਹ ਸਮਾਰਟ ਮੀਟਰ ਦੇ ਜਾਵੇ ਜਵਾਬ ਤੇ ਪੱਖੇ ਵੀ ਨਾ ਚੱਲਣ ਅਸੀਂ ਕੀ ਕਰਾਂਗੇ ਹਾਂਜੀ ਇਹ ਤੇ ਬੜੇ ਖਤਰਨਾਕ ਨੇ ਸੋ ਇਸ ਕਰਕੇ ਹਾਲੇ ਸਮਾਰਟ ਮੀਟਰ ਵਾਲਾ ਉਹ ਇੱਕ ਹੈਗੀ ਐ ਸਕੀਮ ਜਿਹਦੀ ਆਪਾਂ ਗੱਲ ਕੀਤੀ ਸੀ ਸ਼ਾਇਦ ਆਰ ਡੀ ਐਸ ਐਸ ਸਕੀਮ ਹੈ ਉਹਨਾਂ ਦੀ ਸੈਂਟਰ ਵਾਲਿਆਂ ਦੀ ਤਾਂ ਉਸੇ ਤਹਿਤ ਉਹਨਾਂ ਨੇ ਫੰਡਿੰਗ ਵਗੈਰਾ ਜਾਰੀ ਕੀਤੀ ਆ ਕੰਪਨੀਆਂ ਨੇ ਉਹ ਕੁਝ ਖਾਸ ਉਹਦੇ ਚ ਰੇਲयंस ਵਾਲੇ ਵੀ ਆਏ ਪਏ ਨੇ ਹੁਣ ਤਾਂ ਮੈਨੂੰ ਲੱਗਦਾ ਮੀਟਰ ਬਣਾਉਣ ਵਾਲੀਆਂ ਕੰਪਨੀਆਂ ਤਾਂ ਹਾਂਜੀ 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 ਤਾਂ ਅਡਾਨੀ ਗਰੁੱਪ ਵੀ ਸ਼ਾਇਦ ਹੈਗਾ ਤਾਂ ਇਹ ਆ ਕਿ ਉਹ ਕੰਪਨੀਆਂ ਮੀਟਰ ਬਣਾਉਂਦੀਆਂ ਨੇ ਇਹਨਾਂ ਨੇ ਪੈਸੇ ਦਿੱਤੇ ਆ ਇਹ ਹੁਣ ਗਾਂਹ ਪੈਸੇ ਕੱਤੋਂ ਲੈ ਰਿਆ ਇਹ ਵੀ ਇੱਕ ਵੱਡਾ ਸਵਾਲ ਆ ਜੀ ਬਿਲਕੁਲ ਇਹ ਵੀ ਇੱਕ ਵੱਡਾ ਸਵਾਲ ਹੈ ਤੇ ਦੂਜੀ ਗੱਲ ਇਹ ਆ ਕਿ 스마트 ਮੀਟਰ ਲੱਗਣ ਦਾ ਮਤਲਬ ਹੀ ਇਹ ਹੈ ਵੈਸੇ ਤਾਂ ਚਲੋ ਬਿਜਲੀ ਚੋਰੀ ਰੁਕ ਜਾਏਗੀ ਇਹ ਠੀਕ ਹੈ ਹਾਂਜੀ ਇਹ ਇੱਕ ਪੱਖ ਹੈ ਪਰ ਦੂਸਰਾ ਪੱਖ ਇਹ ਆ ਕਿ ਆਉਣ ਵਾਲੇ ਸਮੇਂ 'ਚ ਫਿਰ ਇਹ ਚੀਜ਼ਾਂ ਜਿਹੜੀਆਂ ਜਲਦ ਖਤਮ ਹੋਣ ਜਾ ਰਹੀਆਂ ਨੇ ਸਬਸਿਡੀਆਂ ਵਗੈਰਾ ਤੁਸੀਂ ਦੇਖੋ ਕਿ ਅੱਜ ਪੰਜਾਬ 'ਚ ਸਬਸਿਡੀਆਂ ਦੇ ਖਿਲਾਫ ਆਵਾਜ਼ ਉਠਣੀ ਸ਼ੁਰੂ ਹੋ ਗਈ ਹੈ ਜੀ ਖੇਤੀ ਪਾਲਿਸੀ ਤੋਂ ਪਹਿਲਾਂ ਜੀ ਅਖਬਾਰਾਂ ਨੇ ਵੀ ਲਿਖਣਾ ਸ਼ੁਰੂ ਕਰ ਦਿੱਤਾ ਉਹ ਗੁਜੀਆਂ ਰਮਜ਼ਾ ਨੇ ਉਹ ਜੀ ਤਾਂ 스마트 ਮੀਟਰ ਲੱਗਣ ਦਾ ਜਾਂ ਮਤਲਬ ਕਿ ਇਹ ਜਦਾਂ ਕਹ ਲੋ ਕਿ ਡਿਸਟ੍ਰਿਬਿਊਸ਼ਨ ਚ ਇਹਨਾਂ ਦਾ ਆ ਜਾਣਾ ਪ੍ਰਾਈਵੇਟ ਕੰਪਨੀਆਂ ਦਾ ਫਰੈਂਚਾਈਜ਼ੀ ਸਿਸਟਮ ਦੇ ਤਹਿਤ ਉਹ ਸੰਕੇਤ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਆਪਾਂ ਦੇਖਦੇ ਆਂ ਵੱਡੇ ਸ਼ਹਿਰਾਂ ਚ ਦਿੱਲੀ ਵਗੈਰਾ ਹੈਗੇ ਨਾ ਕੰਪਨੀਆਂ ਡਾਇਰੈਕਟ ਤੁਹਾਡੇ ਘਰਾਂ ਤੱਕ ਬਿਜਲੀ ਸਪਲਾਈ ਕਰਦੀਆਂ ਕਿਉਂ ਉਹ ਸਾਰਾ ਪੈਟਰਨ ਜਿਹੜਾ ਹੈ ਉਹ ਅਸੀਂ ਵੀ ਇੱਥੇ ਦੇਖਾਂਗੇ ਜੀ 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 ਬਿਲਕੁਲ ਜੀ ਬਿਲਕੁਲ ਇਧਰੋਂ ਭਗਵੰਤ ਤਾਂ ਥਾਲੀ ਵਾਲੇ ਵੀ ਕਹਿ ਰਹੇ ਹਨ ਕਿ ਜੀ 300 ਮੀਟਰ ਜਿਹੜਾ ਫ੍ਰੀ ਬਿਜਲੀ ਆ ਕਿਤੇ ਤਾਂ ਨਹੀਂ ਕਿ ਪੀਐਸਪੀਸੀਐਲ ਨੂੰ ਡਿਫਾਲਟਰ ਕਰਕੇ ਵੀ ਇਹ ਪ੍ਰਾਈਵੇਟ ਜਿਹੜਾ ਆਪਣੇ ਹੱਥਾਂ ਵਿੱਚ ਸੌਂਪ ਦੇ ਕਿਉਂਕਿ ਚੱਪਲੇ ਮੀਟਰ ਵੀ ਲਾਈ ਜਾਣਗੇ ਨਾਲ ਨਾਲ ਨਹੀਂ ਦੇਖੋ ਗੱਲ ਇਹ ਆ ਕਿ ਜਿਹੜਾ ਪਾਵਰਕਾਮ ਆ ਜਦੋਂ ਤੱਕ ਉਹਨੂੰ ਸਬਸਿਡੀ ਮਿਲਦੀ ਆ ਤੇ ਉਹ ਦਿਵਾਲੀਆ ਨਹੀਂ ਹੋਏਗਾ ਜੀ ਦਿਵਾਲੀਆ ਉਸ ਦਿਨ ਹੋਏਗਾ ਜਿਸ ਦਿਨ ਸਰਕਾਰ ਜਨਤਾ ਬਦਨiyet ਕਰੇਗੀ ਤੇ ਜਾ ਉਹ ਆਪ ਦਿਵਾਲੀਆ ਵਜਾਏਗੀ ਜੀ ਕਿਉਂਕਿ ਇਹ ਬਿੱਲ ਵੱਧਾ ਜਾਏਗਾ ਅੱਜ ਜੇ ਤੁਸੀਂ ਦੇਖੋਗੇ ਕਿ ਮਾਨ ਸਾਹਿਬ ਉਹ ਰਾਣੇ ਚੰਗਾ ਕਦਮ ਇਹ ਚੁੱਕਿਆ ਕਿ ਸਾਰੀ ਦੀ ਸਾਰੀ ਸਬਸਿਡੀ ਇਹਨਾਂ ਨੂੰ ਇੱਕਦਮ ਦੇ ਦਿੰਦੀ ਆ ਕਿ ਲਓ ਚੱਕੋ ਯਾਰ 20000 ਕਰੋੜ ਦੇ ਕਰੀਬ ਪੈਸਾ ਬਣਦਾ ਸੀ ਦਿੱਤਾ ਹਾਂਜੀ ਸ਼ਾਇਦ 1700 ਕਰੋੜ ਐਕਸਟਰਾ ਸੀਗਾ ਜਿਹੜਾ ਪਿੱਛੇ ਬਕਾਇਆ ਤੁਰਿਆ ਆਉਂਦਾ ਸੀ ਥੋੜਾ ਵੀ ਦਿੱਤਾ ਜੀ ਪਰੰਤੂ ਇਹ ਹੈ ਕਿ ਇਹ ਹਰੇਕ ਸਾਲ ਵਧੇਗਾ ਜੀ ਅਗਲੇ ਸਾਲ ਹੋ ਸਕਦਾ ਹੈ 50000 ਕਰੋੜ ਆ ਜਾਵੇ ਜੀ ਉਦੋਂ ਅਗਲੇ ਸਾਲ ਹੋ ਸਕਦਾ ਹੈ 30 32000 ਕਰੋੜ ਹੋ ਜਾਵੇ ਜੀ ਤੇ ਉਧਰੋਂ ਕਰਜ਼ਾ ਵੀ ਵਧਣਾ ਤੁਹਾਡਾ ਜੀ ਜੇ ਮੰਨ ਲਓ ਤੁਹਾਡੇ ਕੋਲ ਜਿਹੜੇ ਰੈਵਨਿਊ ਜਨਰੇਟ ਕਰਨ ਵਾਲੇ ਵਸੀਲੇ ਆ ਉਸ ਪੱਧਰ ਦੇ ਨਹੀਂ ਵਧਦੇ ਤੇ ਕੋਈ ਝਟਕੇ ਹੋਰ ਲੱਗ ਜਾਂਦੇ ਖੁਦਾ ਨਾ ਖਾਸਤਾ ਜੀ ਕਿ ਤੁਸੀਂ ਨਹੀਂ ਦੇ ਪਾਉਂਗੇ ਤਾਂ ਫੇਰ ਉਸ ਸੂਰਤ ਵਿੱਚ ਪਾਵਰ ਕੰਮ ਦਾ ਪੱਠਾ ਵਹਿ ਜਾਏ ਫੇਰ ਤਾਂ ਫੇਰ ਤੁਹਾਡੇ ਕੋਲ ਬਾਜ਼ਾਰ ਖੁੱਲਾ ਹੋਏਗਾ ਤਾਂ ਅਗਲੇ ਆਨੇ ਤਾਂ ਹੋਣਾ ਬਈ ਜੀ ਆਫਰ ਕਰਨਗੇ ਹਾਂ ਬਈ ਅਸੀਂ ਦਿੰਨੇ ਆ ਹਾਂਜੀ ਆਪਾਂ ਮਰਦੇ ਕਹਾਂਗੇ ਕਿ ਲਾਓ ਯਾਰ ਤੁਸੀਂ ਲਾਓ ਤੇ ਜਦੋਂ ਹਾਈ ਬਕਾ ਆਹੀ ਲਾਓ ਅਸੀਂ ਕਹਿੰਦਾ ਕਿਸਾਨ ਯੂਨੀਅਨ ਵਾਲੇ ਪਾਸੇ ਹੋ ਜਾ ਤੁਸੀਂ ਵੀਰ ਬਣ ਕੇ ਇਹਨਾਂ ਨੂੰ ਲਾਉਣ ਦਿਓ ਆਉਣ ਦਿਓ ਲਾਈਟ ਬਤੀ ਆਉਣ ਦਿਓ ਅਸੀਂ ਏਸੀ ਚਲਾਉਣਾ ਹੈ ਆ ਠੰਡੀ ਹਵਾ ਪਈ ਆਉਣੀ ਹੈ ਕੰਧ ਚੋਂ ਟੀਵੀ ਦੇਖਣਾ ਹੈ ਮਰੇ ਪਰ ਕੋਈ ਨਹੀਂ 스마트 মিটার ਕੀ ਉਤੇ ਡੱਗਾ ਲੱਗਾ ਅਹੀਂ ਕੁੰਡੀ ਕੰਡੀ ਦਾ ਕੋਈ ਹੋਰ ਜਿਗਾਰਡ ਕਰਾਂਗੇ ਇਹੀ ਆ ਕਾਹੂ ਮਾਲ ਤੇ ਤਾਂ ਫਿਰ ਆਉਣੀ ਹੋਣੇ ਨਾ ਫਿਰ ਉੱਥੇ ਤਾਂ ਨਹੀਂ ਇਹ ਚੀਜ਼ਾਂ ਪਰ ਹਾਲੇ ਹਾਈਪੋਥੈਟਿਕਲੀ ਆ ਬਿਲਕੁਲ 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 ਜੀ ਇਧਰੋਂ ਬਲਵਿੰਦਰ ਜੀ ਕਹ ਰਹੇ ਸੀਗੇ ਕਿ ਚੰਡੀਗੜ੍ਹ ਤੇ 47 ਸੈਕਟਰ ਤੇ ਰਾਮਦਰਵਾੜੀ ਈੜੀ ਦੇ ਵਿੱਚ ਤਾਂ 스마트 ਮੀਟਰ ਲੱਗੇ ਹੋਏ ਆ ਜੀ ਲੋਕ ਬਹੁਤ ਦੁਖੀ ਹੈ ਜੀ ਆਪਣੇ ਸ਼ਹਿਰਾਂ ਚ ਵੇਖੋ ਤੁਸੀਂ ਤੁਹਾਡੇ ਸ਼ਹਿਰਾਂ ਚ ਵੀ ਲੱਗੇ ਹੋਣਗੇ ਹਾਂਜੀ ਕਈ ਸ਼ਰਨਾਂ ਚ ਲੱਗੇ ਨੇ ਹਾਂ ਬਿਲਕੁਲ ਕਹਿੰਦੇ ਕਿ ਮੀਟਰ ਲਾਉਣ ਦੇ ਬਿਸ਼ੱਕ ਪੈਸੇ ਨਹੀਂ ਲਿਆ ਚੰਡੀਗੜ੍ਹ ਚ ਪਰ ਗੱਲ ਐ ਵੀ ਹੁਣ ਦੁਖੀ ਹੋਗੇ ਲੋਕ ਜੀ ਕਹਿੰਦੇ ਕਿ ਤੇ ਮੈਂ ਇਧਰੋਂ ਕੁਛ ਇੱਕ ਦਾ ਕਮੈਂਟ ਫੋਲ ਲੈ ਕੇ ਫਿਰ ਅੱਗੇ ਨੂੰ ਚੱਲਦਾ ਮਿੰਟੂ ਜੀ ਤਾਂ ਸੁਪਾਲ ਸਿੰਘ ਖੈਰਾ ਨੂੰ ਲੈ ਕੇ ਮਿੰਟੂ ਜੀ ਦੋ ਤਿੰਨ ਟਿੱਪਣੀਆਂ ਆਂਗੀਆਂ ਸੀ ਜਰਾ ਕਰਿਓ ਪਲੀਜ਼ ਉਹਨਾਂ ਦੀ ਟਿੱਪਣੀ ਇੱਕ ਤਾਂ ਇਹ ਸੀਗੇ ਕਿ ਡਾਕਟਰ ਸਾਹਿਬ ਪੁੱਛ ਰਹੇ ਸੀ ਕਿ ਉੱਪਰ ਕਹਿੰਦੇ ਕਿ ਕੀ 2024 ਦੇ ਵਿੱਚ ਭਾਜਪਾ ਦੇ ਨਾਲ ਜਾ ਸਕਦੇ ਤੇ ਦੂਸਰਾ ਸੀਗਾ ਕਿ ਕਾਂਗਰਸ ਦੇ ਸੀਐਮ ਦੇ ਕੈਂਡੀਡੇਟ ਹੋ ਸਕਦੇ ਜੀ ਕਹਿੰਦੇ ਕਿ ਦੇਖੋ ਇਹ ਤਾਂ ਹਾਲੇ ਬਹੁਤ ਕਾਲੀ ਦੀ ਗੱਲ ਆ 2027 ਕਿੱਥੇ ਆਉਣਾ ਹੈ ਹਾਂਜੀ ਉਦੋਂ ਤੱਕ ਖਹਿਰਾ ਜੀ ਦਾ ਟਿਕਾਣਾ ਕਿਹੜਾ ਹੋਏਗਾ ਇਹ ਵੀ ਦੇਖਣਾ ਹੋਏਗਾ ਕਾਂਗਰਸ 'ਚ ਰਹਿੰਦੇ ਆ ਕਿ ਨਹੀਂ ਜੀ ਤਾਂ ਦੂਜੀ ਗੱਲ ਇਹ ਆ ਕਿ ਭਾਜਪਾ 'ਚ ਮੈਨੂੰ ਨਹੀਂ ਲੱਗਦਾ ਕਿਉਂਕਿ ਜਦੋਂ ED ਨੇ ਉਹਨਾਂ ਨੂੰ ਬੁਲਾਵਾ ਪਾਇਆ ਸੀਗਾ ਹਾਂਜੀ ਤਾਂ ਉਸ ਟਾਈਮ ਨਹੀਂ ਹੋ ਗਿਆ ਜਦਕਿ ਉਹਨਾਂ ਨੇ ਕਿਹਾ ਸੀਗਾ ਕਿ ਮੇਰੇ ਤੇ ਦਬਾਅ ਪਾਇਆ ਜਾ ਰਿਹਾ ਜੀ ਤੇ ਬਾਕੀ ਬਈ ਗੱਲ ਇਹ ਆ ਕਿ ਮੈਂ ਅੱਗੇ ਵੀ ਕਹਿਣਾ ਹੁੰਨਾ ਕਿ ਭਾਜਪਾ ਨੂੰ ਤੁਸੀਂ ਕੀ ਸਮਝਦੇ ਹੋ ਹਾਂਜੀ ਕੀ ਭਾਜਪਾ ਬਹਿਨ ਆ ਭਾਜਪਾ ਇੱਕ ਪਾਰਟੀ ਆ ਸਿਆਸੀ ਪਾਰਟੀ ਆ ਜੀ ਤੁਸੀਂ ਕਿਸੇ ਨੂੰ ਜਾਣ ਤੋਂ ਜਾਂ ਉਹਨਾਂ ਨੂੰ ਲੈਣ ਤੋਂ ਰੋਕ ਨਹੀਂ ਸਕਦੇ ਜਾਣ ਕੇ ਬਤੇਰੇ ਹੁਣ ਸੁਖਪਾਲ ਸਿੰਘ ਖਹਿਰਾ ਆਪਣਾ ਬਈ ਉਹਨਾਂ ਨੇ ਆਪਦਾ ਕੈਰੀਅਰ ਦੇਖਣਾ ਆਪਾਂ ਕੀ ਕੋਈ ਭਵਿੱਖਬਾਣੀ ਕਰ ਸਕਦੇ ਆ ਹਾਂ ਜੀ ਮੈਂ ਇੱਥੇ ਕਹਿਦਾ ਮੈਂ ਚਲੇ ਜਾਣਗੇ ਤਾਂ ਉਹ ਹੁਣੇ ਫੋਨ ਲਾ ਕੇ ਮੈਨੂੰ ਕਹਿਣ ਕਿ ਤੂੰ ਦੱਸ ਵੀ ਤੂੰ ਮਤਲਬ ਕਿ ਇਹ ਬਣਾਉਣਾ ਹੈ ਸਾਡੀ ਕੁੰਡਲੀ ਤੇਰੇ ਕੋਲ ਕੀ ਆ ਫੇਰ ਫੇਰ ਕੋਈ ਜਵਾਬ ਹੈ ਇਹ ਵੀ ਗਲਤ ਸੇ ਉਹ ਮੁੜ ਕੇ ਰੀਲ ਜੀ ਕੱਟ ਕੇ ਪਾਈ ਫਿਰਨਗੇ ਬਾਅਦ ਕੀ ਫਰਿਆ ਚਲ ਜਲੂਸ ਕੱਢ ਦੇਣਾ ਅਗਲਿਆਂ ਨੇ ਜਲੂਸ ਬੜਾ ਟਿਕਾ ਕੇ ਕਰਦੇ ਆ ਹਾਂਜੀ 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 ਚਲੋ ਸੋ ਇਸ ਕਰਕੇ ਗੱਲਾਂ ਜਿਹੜੀਆਂ ਨੇ ਨਾ ਉਹ ਕਿਆਫਿਆਂ ਦੀਆਂ ਗੱਲਾਂ ਹੁੰਦੀਆਂ ਨੇ ਹਾਂਜੀ 24 ਆਉਣਦੇ ਫਿਰ ਦੇਖੀ ਜਾਊਗੀ 27 ਆਉਣਦੇ ਫਿਰ ਦੇਖੀ ਜਾਏਗੀ ਬਿਲਕੁਲ ਪਰ ਪਾਰਟੀਆਂ ਨੇ ਆਪਣੇ ਦੇਣੇ ਹੁੰਦੇ ਆ ਦਾਵੇਦਾਰ ਜੀ ਪਾਰਟੀਆਂ ਨੇ ਚਿਹਰੇ ਦੇਣੇ ਹੁੰਦੇ ਆ ਲੱਗ ਜੂ ਪਤਾ ਹਲੇ 27 ਬਹੁਤ ਦੂਰ ਹੈ 27 ਤੋਂ ਪਹਿਲਾਂ ਤਾਂ ਬਾਈ ਜੀ ਬਹੁਤ ਕੁਝ ਹੋਣਾ ਹੈ ਬਹੁਤ ਕੁਝ ਹੋਣਾ ਬਾਕੀ ਹੈ ਚਲੋ ਆਗੇ-ਆਗੇ ਦੇਖਦੇ ਹੁੰਦਾ ਹੈ ਕਿਾ ਜੀ ਇਧਰੋਂ ਇੱਕ ਵੀਰ ਸੀਗੇ ਕਹਿੰਦੇ ਕਿ ਸਰੰਦਾਲੇ ਪਾਸੇ ਸਾਡੇ ਧਰਮ ਸਿੰਘਾ ਕਹਿੰਦੇ ਕਿ ਸਰੰਦਾਲੇ ਪਾਸੇ ਤਾਂ ਗਿਆ ਹੈ ਗੈਸ ਲਾਈਨ ਵੀ ਪੈ ਗਈ ਹੈ ਜੀ ਸਾਡੇ ਮੇਰੇ ਖਿਆਲ ਨਾਲ ਵੀਰੇ ਉਹ ਸਾਰੇ ਪਾਸੇ ਉਹਨਾਂ ਨੇ ਪਾਤੀ ਕੋਈ ਪਾਸੇ ਛੱਡੇ ਨਹੀਂਗਾ ਮੇਰੇ ਖਿਆਲ ਨਾਲ ਬਠਿੰਡੇ ਚ ਰੌਲਾ ਉਸੇ ਦਾ ਹੀ ਸੀਗਾ ਹਾਂਜੀ ਵਿਰੋਧ ਕਰ ਰਹੇ ਸੀਗੇ ਕਿਸਾਨ ਚੱਕ ਕੇ ਉਹਨਾਂ ਨੇ ਦਬਾ ਲਾ ਦਿੱਤੇ ਹਾਂ ਇਹ ਉਹੀ ਹੈ ਤਾਂ ਇਹ ਇਹ ਕੀ ਹੁੰਦਾ ਹੈ ਦੇਖੋ ਗੱਲ ਹਜ਼ੂਰ ਇੱਥੇ ਨਾ ਤੁਹਾਨੂੰ ਥੋੜਾ ਜਿਹਾ ਹੁਣ ਬਿਜ਼ਨਸ ਪੁਆਇੰਟ ਆਫ View ਤੋਂ ਸਮਝਣਾ ਪਏਗਾ ਜੀ ਤੁਹਾਨੂੰ ਯਾਦ ਹੋਏਗਾ ਕਿ ਪਹਿਲਾਂ ਸਿਲੰਡਰ ਲੇਨ ਅਸੀਂ ਇੱਕ ਗੋਦਾਮ ਚ ਜਾਇਆ ਕਰਦੇ ਸੀ ਉੱਥੇ ਇੱਕ ਲੰਬੀ ਲਾਈਨ ਹੁੰਦੀ ਸੀ ਯਾਦ ਹੈ ਤੁਹਾਨੂੰ ਨਹੀਂ ਯਾਦ ਨਹੀਂ ਨਹੀਂ ਮਿੰਟੋ ਜੀ ਜਾ ਰਿਹਾ ਪਹਿਲੇ ਤਾਂ ਇੱਕ ਬੰਦਾ ਸੀ ਵਗਾਰਦੇ ਸੀ ਬਾਈ ਮੋਟਰਸਾਈਕਲ ਤੇ ਨਾਲ ਚੱਲਦਾ ਯਾਦ ਹੈ ਨਾ ਤੁਹਾਨੂੰ ਹਾਂਜੀ ਅੱਜ ਦੀ ਜਿਹੜੀ ਮੰਨ ਲਓ ਜਿਹਨੂੰ ਹੁਣ 15ਵਾਂ ਸਾਲ ਲੱਗਾ ਉਹਨੂੰ ਸ਼ਾਇਦ ਨਹੀਂ ਪਤਾ ਹੋਏਗਾ ਅੱਜ ਤੋਂ ਮੈਂ 15 20 ਸਾਲ ਪਿੱਛੇ ਦੀ ਗੱਲ ਕਰ ਰਿਹਾ ਕਿ ਇਹ ਸਾਡੇ ਲਈ ਇੱਕ ਅਜੀਬ ਚੀਜ਼ ਸੀਗੀ ਅਸੀਂ ਪਾਥੀਆਂ ਤੋਂ ਪਰਾਲੀ ਤੋਂ ਛਟੀਆਂ ਤੋਂ ਅਸੀਂ ਸਿਲੰਡਰ ਤੇ ਆਏ 15-20 ਸਾਲ ਪਹਿਲਾਂ ਪਿੰਡਾਂ 'ਚ ਜੀ ਮੈਨੂੰ ਯਾਦ ਆ ਮੈਂ ਪਹਿਲੀ ਵਾਰੀ ਇਹ ਸਿਲੰਡਰ ਲੈਣਾ ਆਪਦੇ ਵਾਸਤੇ ਨਹੀਂ ਸਾਡੇ ਤੇ ਤਕਰੀਬੀ ਬਹੁਤ ਸੀ ਸਾਡੇ ਲਈ ਤੇ ਸੁਪਨਾ ਸੀ ਅੱਜ ਤੋਂ 20-22 ਸਾਲ ਪਹਿਲਾਂ ਮੈਂ ਆਪਣੇ ਗਵਾਂਡੀਆਂ ਨਾਲ ਗਿਆ ਸੀਗਾ ਸਕੂਟਰ ਲੈ ਵੀ ਬਾਈ ਬਣੀ ਚੱਲ ਨਾਲ ਮੈਂ ਵਿਹਲਾ ਮਤਲਬ ਕਿ ਮੈਨੂੰ ਕੰਮ ਹੀ ਕੋਈ ਨਹੀਂ ਬਸ ਵੰਗਾਰਾਂ ਹੀ ਕਢਾਉਣੀਆਂ ਤੇ ਬੈਠ ਵੀ ਸਕੂਟਰ ਤੇ ਚਾਚਾ ਜੀ ਸਾਡੇ ਬਿਠਾ ਲਿਆ ਹੁਣ ਮੈਨੂੰ ਐਸੀ ਵੀ ਉੱਥੇ ਸਿਲੰਡਰ ਇਦਾਂ ਵੀ ਮਤਲਬ ਕਿ ਪਿਆ ਹੋਊਗਾ ਤੇ ਚੁੱਕ ਕੇ ਮੈਂਸ ਅਸੀਂ ਲੈ ਆਣਾ ਇਹ ਮਿੰਟ ਤਾਂ ਪੰਜਾਂ ਦਾ ਕੰਮ ਆ ਪੰਜਾਂ ਦਾ ਕੰਮ ਐ ਵੀ ਸਕੂਟਰ ਤੇ ਉਦੋਂ ਸਕੂਟਰ ਕਿਹੜਾ ਮੇਰੇ ਵਰਗੇ ਬਕਾਰ ਬੰਦੇ ਲਈ ਸਕੂਟਰ ਵੀ ਸਫਾਰੀ ਤੋਂ ਘੱਟ ਥੋੜੀ ਸੀਗਾ ਹਾਂਜੀ ਮੈਂ ਆਖਾ ਬੈਠੋ ਜੀ ਹਾਂਜੀ ਖਿੱਚਦਾ ਸੀ ਹਾਂਜੀ ਸਾਡੇ ਪਿੰਡ ਤੋਂ 12 13 ਕਿਲੋਮੀਟਰ ਦੂਰ ਉਹ ਗਦਾਮ ਜੀ ਤੇ ਮਹੀਨਾ ਜੂਨ ਕੇ ਜੁਲਾਈ ਦਾ ਜੀ ਐ ਅੱਤ ਦੀ ਗਰਮੀ ਜੀ ਅੱਛਾ ਲਾਈਨ ਉੱਥੇ ਬੜੀ ਵੱਡੀ ਲੱਗੀ ਜੀ ਮੈਨੂੰ ਉੱਥੇ ਖਲਾਰਤਾ ਪਿੱਛੇ ਤੇ ਚਾਚਾ ਸਾਡਾ ਕਹਿੰਦਾ ਵੀ ਤੂੰ ਰੁਕ ਮੈਂ ਮੜਾ ਜਾ ਜਿਹੜਾ ਕੱਢਣਾ ਥੋੜਾ ਸਮਾਨ ਲੈਣਾ ਉਹ ਹਾਬਲਾ ਨੂੰ ਉਹ ਬੋਣ ਨੂੰ ਮੁੜ ਗਿਆ ਉਹ ਫੇਰ ਵਾਰੀ ਆਈ ਯਾਨੀ ਤਕਰੀਬਨ ਉੱਥੇ ਕੋਈ ਘੰਟਾ ਡੇਢ ਘੰਟਾ ਲੱਗਾ ਗਰਮੀ 'ਚ ਤੇ ਮੈਂ ਕਿਹਾ ਵੀ ਤੌਬਾ ਤੌਬਾ ਇਹੋ ਜੀ ਚੀਜ਼ ਆਪੀ ਇੰਨੀ ਔਖੀ ਮਿਲਦੀ ਆ ਫੇ ਚਾਰ ਘੰਟੇ ਸਾਨੂੰ ਲੱਗ ਗਏ ਅੱਛਾ ਹੁਣ ਇਹ ਗੱਲ ਜਿਹੜਾ 15 ਸਾਲ ਦਾ ਬੱਚਾ ਉਹਨੂੰ ਅਜੀਬੋ-ਗਰੀਬ ਲੱਗੇਗੀ ਹੈ ਸਿਲੰਡਰ ਲਈ ਇਹ ਮਾਰੋ-ਮਾਰੀ ਤੇ ਕਈ ਵਾਰੀ ਤਾਂ ਮੋਹਰ ਹੁੰਦੇ ਸੀ ਮੁੱਕ ਕੇ ਯਾਰ ਵਗਜੋ ਕੱਲ ਨੂੰ ਮਤਲਬ ਕਿ ਉਸ ਗੋਦਾਮ ਚ ਹਾਂਜੀ ਮਾਨ ਸਾਹਿਬ ਘਟੋ-ਘਟ 30-35 ਪਿੰਡ ਜਾਂਦੇ ਸਨ ਹਾਂਜੀ 30-35 ਪਿੰਡਾਂ ਦੇ ਜਿਹੜੇ ਉਸ ਟਾਈਮ ਦੇ ਮਤਲਬ ਕਿ ਵਰਤਦੇ ਸੀਗੇ ਸਿਲੰਡਰ ਜੀ ਇਹ ਮੈਂ ਮੈਂ ਆਪਦੀ ਗੱਲ ਦੱਸ ਰਿਹਾ ਅੱਛਾ ਹੁਣ ਫਿਰ ਬਾਅਦ ਚ ਕੀ ਹੋਇਆ ਕਿ ਕੰਪੀਟੀਸ਼ਨ ਵਧਿਆ ਉਹਨਾਂ ਨੇ ਕਿਹਾ ਕਿ ਸਿਲੰਡਰ ਤੁਹਾਡੇ ਘਰ ਲਾ ਦੇਾਂਗੇ ਹਾਂਜੀ ਹੋਮ ਡਿਲੀਵਰੀ ਹੋਮ ਡਿਲੀਵਰੀ ਏਜੰਸੀਆਂ ਖੁੱਲ ਗਈਆਂ ਫਿਰ ਉਹ ਸਾਡੇ ਪਿੰਡ ਦੇ ਨਾਲ ਹੀ ਆ ਗਈ ਏਜੰਸੀ ਤੇ ਅਸੀਂ ਆਖਿਆ ਵੀ ਚਲੋ ਭਾਈ ਹੁਣ ਸਿਲੰਡਰ ਲੈਣ ਜੋਗੇ ਵੀ ਹੋ ਗਏ ਆ ਤੇ ਉਦੋਂ ਚਲੋ ਸਰਦਾਰ ਸਾਹਿਬ ਹੁੰਦੇ ਸਨ ਚੰਗੀ ਸਬਸਿਡੀ ਵੀ ਦੇ ਦਿੰਦੇ ਸੀਗੇ ਹਾਂ ਤੇ ਚਲੋ ਵੀ ਠੀਕ ਆ ਅੱਛਾ ਕਾਰਡ ਬਣ ਗਿਆ ਸਭ ਖੁਸ਼ ਹੋ ਗਿਆ ਤੇ ਉਹ ਉਥੋਂ ਲੈ ਆਉਂਦੇ ਸੀ ਵੀ ਨੇੜਾ ਬਣ ਗਿਆ ਫਿਰ ਉਹ ਕਹਿੰਦੇ ਨੇੜੇ ਵੀ ਨਹੀਂ ਆਉਣ ਦੀ ਜ਼ਰੂਰਤ ਹੁਣ ਸਾਡਾ ਬੰਦਾ ਤੁਹਾਡੇ ਘਰੇ ਆ ਕੇ ਰਸੋਈ ਚ ਲਾ ਕੇ ਜਾਇਆ ਕਰੇਗਾ ਅਸੀਂ ਕਹਾ ਕਿ ਠੀਕ ਆ ਇਹ ਇਹੋ ਜੀ ਖੁਸ਼ੀ ਮਿਲੀ ਸਾਨੂੰ ਕਿ ਅਸੀਂ ਇਹ ਭੁੱਲ ਗਏ ਕਿ ਸਰਦਾਰ ਸਾਹਿਬ ਤੇ ਸਾਨੂੰ ਬੜੀ ਵੱਡੀ ਸਬਸਿਡੀ ਦਿੰਦੇ ਸੀ ਤੇ ਜਿਹੜੇ ਗੁਜਰਾਤ ਵਾਲੇ ਸਾਹਿਬ ਆਏ ਆ ਇਹਨਾਂ ਨੇ ਤੇ ਰੁਪਈਏ 15 20 ਦੇਣੇ ਸ਼ੁਰੂ ਕੀਤੇ ਨੇ ਬਾਕੀ ਹੁਣ ਦੱਸ ਦੀ ਭਾਈ ਜੇ ਹੋਰ ਘਟ ਗਈ ਹੋਈ ਪਰ ਅੱਛਾ ਉਸ ਤੋਂ ਬਾਅਦ ਜੀ ਜਿਹੜੇ ਬਿਜ਼ਨਸਮੈਨ ਸੀ ਉਹਨਾਂ ਨੇ ਸੋਚਿਆ ਕਿ ਲੋਕ ਯਾਰ ਰੇਟ ਸ਼ੀਟ ਨਹੀਂ ਦੇਖ ਰਹੇ ਅੱਜ ਕੱਲ ਜੀ ਇਹ ਛੱਡੋ ਲੋਕ ਦੇਖ ਰਹੇ ਨੇ ਕੰਫਰਟ ਜੀ ਤੇ ਕਿਉਂ ਨਾ ਵੀ ਆ ਮਤਲਬ ਕਿ ਸਿਲੰਡਰ ਦੀ ਝੰਜਟ ਝੰਜਟ ਵੀ ਲਿਆ ਉਹ ਜੇ ਕਪੈਸਿਟੀ ਤੋਂ ਵੱਧ ਮੱਚ ਗਈ ਆ ਤਾਂ ਫੇਰ ਉੱਥੇ ਤੁਹਾਨੂੰ ਬਿਨਾ ਸਬਸਿਡੀ ਤੋਂ ਲੈਣਾ ਪਏਗਾ ਇਹ ਆ ਉਹ ਆ ਸਿੱਧੀ ਪਾਈ ਵੀ ਕਿਉਂ ਨਾ ਪਹਚਾਈਏ ਹਾਂਜੀ ਇਹ ਆਈਡੀਆ ਅਡਾਨੀ ਹੋਰਾਂ ਦਾ ਹਜ਼ੂਰ 12 13 ਸਾਲ ਪਹਿਲਾਂ ਦਾ ਹੈ ਜਦੋਂ ਆਪਾਂ ਗੋਦਾਮਾਂ ਚੋਂ ਲੈ ਰਹੇ ਹੋਵਾਂਗੇ ਜਾਂ ਹੋਮ ਡਿਲੀਵਰੀ ਤਾਂ ਕਰ ਰਹੇ ਹੋਵਾਂਗੇ ਉਹਨਾਂ ਨੇ ਉਦੋਂ ਸੋਚਿਆ ਸੀ ਕਿਉਂਕਿ ਵੱਡੇ ਸ਼ਹਿਰਾਂ ਨੂੰ ਦੇਖ ਲਿਓ ਇੱਥੇ ਜੇ ਕੋਈ ਗੁੜਗਾਉਂ ਤੋਂ ਹੋਇਆ ਨਾ ਉਹ ਤੁਹਾਨੂੰ ਦੱਸ ਦੇਗਾ ਕਿ ਕਦੋਂ ਦਾ ਹੈ ਇਹ ਚੱਲਦਾ ਪਿਆ ਪ੍ਰੋਜੈਕਟ ਹਾਂਜੀ ਸੋ ਮੈਂ ਤੁਹਾਨੂੰ ਇੱਧਰ ਉੱਧਰ ਦੀ ਗੱਲ ਇਸ ਕਰਕੇ ਦੱਸ ਰਿਹਾ ਕਿ ਜਿਹੜੇ ਅਡਾਨੀ ਹੋਰੀ ਹੈ ਨਾ ਉਹ ਦੌਲਤਮੰਦ ਐਵੇਂ ਨਹੀਂ ਬਣ ਗਿਆ ਜਿਹੜੀ ਚੀਜ਼ ਅਸੀਂ 10 ਸਾਲ ਬਾਅਦ ਸੋਚਣੀ ਜਾਂ ਦੇਖਣੀ ਹੈ ਨਾ ਉਹ 10 ਸਾਲ ਪਹਿਲਾਂ ਹੀ ਉਲੀਕ ਲੈਂਦੇ ਪੇਪਰ ਤੇ ਬਿਲਕੁਲ ਬਿਲਕੁਲ ਨਹੀਂ ਮੈਨੇ ਕੋਈ ਗੈਸ ਡਿਸਟ੍ਰੀਬਿਊਟਰ ਨੇ ਦੱਸੀ ਸੀ ਕਈ ਸਾਲ ਪਹਿਲਾਂ ਜੀ ਉਹ ਕਹਿੰਦਾ ਕਿ ਬਈ ਆਪਣੇ ਸ਼ਹਿਰਾਂ ਦੀ ਗੱਲ ਮੈਂ ਤੁਹਾਨੂੰ ਕਰਦਾ ਉਹ ਕਹਿੰਦੇ ਕਿ ਯਾਰ ਅਸੀਂ ਮਾਰੇ ਜਾਵਾਂਗੇ ਸ਼ਹਿਰਾਂ ਵਾਲੇ ਡਿਸਟ੍ਰੀਬਿਊਟਰ ਤਾਂ ਇਹਦੇ ਨਾਲ ਵੀ ਸਾਡੇ ਕੰਮ ਤੇ ਪ੍ਰਭਾਵ ਪਈਗਾ ਇਹ ਜਨਾ ਚ ਉਹ ਜਿੰ ਬਾਲੋ ਹਾਂਜੀ ਤੇ ਘਰੇ ਤੁਹਾਡੇ ਸਿੱਧੀ ਪਾਈ ਪੀ ਲਾ ਦੇ ਹਾਂਜੀ ਤਾਂ ਉਹਦੇ ਨਾਲ ਆਪਣਾ ਗੋਬਰ ਗੈਸ ਵਾਲਾ ਚੱਲਦਾ ਸੀ ਜਗਾੜ ਹਾਂਜੀ ਹਾਂਜੀ ਕਿ ਗੋਹਾ ਪਾਈ ਜਾਓ ਜਿੰਨਾ ਮਰਜੀ ਮਚਾਈ ਜਾ ਬਿਲਕੁਲ 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 ਜੀ ਇਧਰੋਂ ਨਵਕਰਨ ਆਪਣਾ ਨਵਕਰਨਪ੍ਰੀਤ ਸਿੰਘ ਉਹ ਕਰਿਆ ਕਹਿੰਦੇ ਕਿ ਜੀ ਗੁਰੂ ਘਰਾਂ ਦੇ ਵਿੱਚ ਵੀ ਹੋ ਕਾ ਰਹਿੰਦੇ ਸੀ ਕਿ ਆਜੋ ਬਾਈ ਜੀ ਜਿਹਨੂੰ ਲੋੜ ਆ ਤਾਂ ਲੈ ਜਾਓ ਜੀ ਕਹਿੰਦੇ ਕਿ ਤੇ ਇਦਾਂ ਵੀ ਚੱਲਦਾ ਰਿਹਾ ਕੰਮ ਤੇ ਬਿਲਕੁਲ ਸਹੀ ਹੈ ਸਹੀ ਹੈ ਹਾਂਜੀ ਹਾਂਜੀ ਉਹ ਫਿਰ ਹੌਲੀ ਹੌਲੀ ਪਿੰਡਾਂ ਚ ਆਉਣ ਲੱਗ ਪਏ ਨਾ ਹਾਂਜੀ 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 ਠੀਕ ਪਹਿਲਾਂ ਤੇ ਏਜੰਸੀਆਂ ਤੇ ਗੋਦਾਮ ਜਿਹੜੇ ਸੀਗੇ ਉਹ ਕਿਤੇ ਮੰਨ ਲਓ ਬਈਆਂ ਤੀਆਂ ਪਿੰਡਾਂ ਆਪਣੇ ਇਲਾਕੇ ਚ ਤਾਂ ਬਾਲਾ ਬੁਰਾ ਸੀ ਤੁਹਾਡੇ ਵੀ ਉਹ ਲੰਬੀ ਸੀ ਹਾਂਜੀ ਹਾਂਜੀ ਸਾਰੇ ਪਿੰਡ ਉੱਥੇ ਹੀ ਪੈਂਦੇ ਸਨ ਹਾਂਜੀ ਹਾਂਜੀ ਜਾ ਕੇ ਉੱਥੇ ਖੜਜੋ ਬਾਹਰ ਬਾਹਰ ਹਾਂਜੀ ਅੱਛਾ ਉੱਥੇ ਵੀ ਗੋਦਾਮ ਬਾਹਰ ਆ ਹਾਂਜੀ ਏਜੰਸੀਆਂ ਤੋਂ ਬਾਹਰ ਹੈ ਖੇਤਾਂ ਦੇ ਵਿੱਚ ਹਾਂਜੀ 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 ਪਹਿਲਾਂ ਏਜੰਸੀ ਉਹ ਪਰਚੀ ਕਟਾਓ ਬਾਅਦ ਉੱਥੇ ਫਿਰ ਉੱਥੇ ਜਾਓ ਹਾਂਜੀ ਹਾਂਜੀ ਬਿਲਕੁਲ ਬਿਲਕੁਲ